हाय एवरीवन, वेलकम बैक टू इजी इंग्लिश विद मोकम। सो अज दी जिहड़ी अपनी ये वीडियो है जी, इहदे विच आपां फ्यूचर टेंस की शुरुआत करांगे। फ्यूचर टेंस के जिहड़े पहले तीन रूल्स ने वो अज दी आपां इस वीडियो दे विच कवर कर लवांगे। सो फ्यूचर टेंस हुंदा की है जी? फ्यूचर टेंस हैगा जी भविखकाल। भविखकाल तो की भाव है जी? आउण वाला समां। हुण जिहड़ा फ्यूचर टेंस है जी, इहदे विच ओवरऑल टोटल 6 रूल्स ने। 6 दे 6 विच ही जिहड़ा हेल्पिंग वर्ब हैगा जी, वो विल वरत्या जाऊगा, जिहदा पंजाबी अनुवाद हुंदा जी गा, गी ते गे। अज तो कुछ समय पहला विल दे नाल शैल दी वरतों भी हुंदी सी, बट जिहड़ी हुण ग्रामर यूज हुंदी है जी, उहदे विच सिर्फ ते सिर्फ विल दी ही वरतों कीती जांदी है। ਹੁਣ ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਰੂਲ ਆਪਾਂ ਦੇਖਾਂਗੇ ਜੀ, ਦੈਟ ਇਜ਼ ਸਬਜੈਕਟ ਪਲੱਸ ਵਿਲ ਪਲੱਸ ਵਰਬ ਪਲੱਸ ਓਬਜੈਕਟ। ਇਹ 4 ਚੀਜ਼ਾਂ ਨੇ ਜੀ, ਜਿਨ੍ਹਾਂ ਨੂੰ ਜੋੜ ਕੇ ਟੋਟਲ ਚਾਰਾਂ ਨੂੰ ਇੱਕ ਸੈਂਟੈਂਸ ਦੀ ਫਾਰਮੇਸ਼ਨ ਹੋਊਗੀ। ਸਬਜੈਕਟ ਆਪਾਂ ਨੂੰ ਪਤਾ ਜੀ ਕਾਰਜਕਰਤਾ, ਓਬਜੈਕਟ ਆਪਾਂ ਨੂੰ ਪਤਾ ਜੀ ਕਾਰਜ, ਵਰਬ ਆਪਾਂ ਨੂੰ ਪਤਾ ਜੀ ਕਿਰਿਆ। ਨਵੀਂ ਚੀਜ਼ ਹੈਗੀ ਹੈ ਜੀ ਵਿਲ, ਉਹਨੂੰ ਕਿਹਾ ਜਾਂਦਾ ਜੀ ਗਾ, ਗੀ ਤੇ ਗੇ। ਸਾਰੀਆਂ ਚੀਜ਼ਾਂ ਦਾ ਪੰਜਾਬੀ ਅਨੁਵਾਦ ਕਰਕੇ ਇਹਦਾ ਅਰਥ ਬਣੂਗਾ ਜੀ ਕੋਈ ਕੀ ਕਰੇਗਾ। ਸਿੰਪਲੀ ਹੁਣ ਤੋਂ 1 ਮਿੰਟ ਬਾਅਦ, ਅੱਧਾ ਮਿੰਟ ਬਾਅਦ, 1 ਸੈਕਿੰਡ ਬਾਅਦ ਜਿਹੜਾ ਵੀ ਕੋਈ ਕੰਮ ਹੋਊਗਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਕੰਮ ਕੀਤਾ ਜਾਊਗਾ, ਉਹ ਇਸ ਰੂਲ ਦੇ ਅਕੋਰਡਿੰਗ ਅਸੀਂ ਬਣਾਵਾਂਗੇ। ਫੋਰ ਐਗਜ਼ਾਮਪਲ, ਮੈਂ ਸਕੂਲ ਜਾਵਾਂਗਾ, ਮੈਂ ਪਾਣੀ ਪੀਵਾਂਗਾ, ਬੱਚੇ ਖੇਡਣਗੇ, ਮਾਤਾ ਜੀ ਖਾਣਾ ਬਣਾਉਣਗੇ, ਪਿਤਾ ਜੀ ਕੰਮ ਤੋਂ ਆਉਣਗੇ, ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੀ, ਉਹ ਇਸ ਰੂਲ ਦੇ ਅਕੋਰਡਿੰਗ ਸੈਂਟੈਂਸਿਸ ਦੇ ਰੂਪ ਦੇ ਵਿੱਚ ਆਉਣਗੀਆਂ। ਮੈਂ ਪਾਣੀ ਪੀਵਾਂਗਾ। ਮੈਂ ਪਾਣੀ ਪੀਵਾਂਗਾ ਤੋਂ ਕੀ ਭਾਵ ਹੈ ਜੀ? ਆਏ ਵਿਲ ਡਰਿੰਕ ਵਾਟਰ। ਆਈ ਹੋ ਗਿਆ ਜੀ ਸਬਜੈਕਟ, ਵਿਲ ਹੋ ਗਿਆ ਜੀ ਹੈਲਪਿੰਗ ਵਰਬ, ਉਸ ਤੋਂ ਬਾਅਦ ਹੈਗੀ ਹੈ ਜੀ ਵਰਬ ਆਪਣੇ ਪਹਿਲੇ ਰੂਪ ਚ, ਉਸ ਤੋਂ ਬਾਅਦ ਹੈਗਾ ਜੀ ਓਬਜੈਕਟ ਯਾਨੀ ਕਿ ਵਾਟਰ। ਰਮਨ ਕੰਮ ਤੇ ਜਾਵੇਗੀ, ਦੈਟ ਮੀਨਸ ਰਮਨ ਵਿਲ ਗੋ ਟੂ ਵਰਕ। ਜਿੰਨੇ ਵੀ ਸੈਂਟੈਂਸਿਸ ਬਣਨਗੇ ਫਿਊਚਰ ਦੇ ਵਿੱਚ, ਉਹਨਾਂ ਦੇ ਲਈ, ਸਾਰਿਆਂ ਦੇ ਲਈ ਹੀ, ਕੋਈ ਵੀ ਸਬਜੈਕਟ ਹੋਵੇ, ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ, ਜਿਹੜਾ ਹੈਲਪਿੰਗ ਵਰਬ ਹੈਗਾ ਜੀ, ਉਹ ਸਾਰੇ ਕਿਤੇ ਵਿਲ ਹੀ ਵਰਤਿਆ ਜਾਵੇਗਾ। ਇਹਦੇ ਵਿੱਚ ਅਸੀਂ ਗੱਲ ਕੀਤੀ ਹੈ ਜੀ ਕੋਈ ਕੀ ਕਰੇਗਾ। ਇਹਦੇ ਨਾਲ ਆਪਣੇ ਫਿਊਚਰ ਟੈਂਸ ਦਾ ਜਿਹੜਾ ਪਹਿਲਾ ਰੂਪ ਹੈ ਜੀ, ਯਾਨੀ ਕਿ ਪਹਿਲੇ ਟੈਂਸ ਦਾ ਪੋਜ਼ਿਟਿਵ ਰੂਪ ਹੈ, ਉਹ ਆਪਾਂ ਇੱਥੇ ਕਲੀਅਰ ਕਰ ਲਿਆ ਜੀ। ਹੁਣ ਆਪਾਂ ਇਹਨੂੰ ਨੈਗੇਟਿਵ ਦੇ ਵਿੱਚ ਦੇਖਾਂਗੇ ਜੀ। ਨੈਗੇਟਿਵ ਦੇ ਵਿੱਚ ਜਿਹੜਾ ਬਾਕੀ ਰੂਲ ਹੈ ਜੀ, ਉਹ ਸਾਰਾ ਐਸ ਇਟ ਇਜ਼ ਸੇਮ ਰਹੂਗਾ। ਵਿਲ ਤੋਂ ਬਾਅਦ ਨੋਟ ਲੱਗ ਜੂਗਾ, ਉਸ ਤੋਂ ਬਾਅਦ ਵਰਬ ਦੀ ਵਰਤੋਂ ਹੋਊਗੀ ਜੀ, ਫਿਰ ਉਸ ਤੋਂ ਬਾਅਦ ਵਰਤਿਆ ਜਾਊਗਾ ਇੱਥੇ ਓਬਜੈਕਟ। ਪੰਜਾਬੀ ਅਨੁਵਾਦ ਇਹਦਾ ਹੋ ਜੂਗਾ ਜੀ ਕੋਈ ਕੀ ਨਹੀਂ ਕਰੇਗਾ। ਹੁਣ ਇੱਥੇ ਅਸੀਂ ਉਹ ਚੀਜ਼ਾਂ ਦੱਸਾਂਗੇ ਜੀ ਜਿਹੜੀਆਂ ਚੀਜ਼ਾਂ ਨਹੀਂ ਕੀਤੀਆਂ ਜਾਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਕਾਰਜ, ਜਿਹੜਾ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ, ਉਹਦਾ ਸੈਂਟੈਂਸ ਅਸੀਂ ਇਸ ਰੂਲ ਦੇ ਅਕੋਰਡਿੰਗ ਬਣਾਵਾਂਗੇ। ਮਾਤਾ ਜੀ ਖਾਣਾ ਨਹੀਂ ਪਕਾਉਣਗੇ। ਮਾਤਾ ਜੀ ਖਾਣਾ ਨਹੀਂ ਪਕਾਉਣਗੇ ਤੋਂ ਕੀ ਭਾਵ ਹੈ ਜੀ? ਮਦਰ ਵਿਲ ਨਾਟ ਕੁੱਕ ਫੂਡ। ਠੀਕ ਹੈ ਜੀ, ਇਹਦਾ ਪੰਜਾਬੀ ਅਨੁਵਾਦ ਜਿਹੜਾ ਹੈਗਾ ਜੀ, ਉਹ ਹੈਗਾ ਮਾਤਾ ਜੀ ਖਾਣਾ ਨਹੀਂ ਪਕਾਉਣਗੇ। ਇੰਗਲਿਸ਼ ਵਿੱਚ ਉਹਦੀ ਟ੍ਰਾਂਸਲੇਸ਼ਨ ਹੋ ਰਹੀ ਹੈ ਜੀ ਇਸ ਰੂਲ ਦੇ ਅਕੋਰਡਿੰਗ, ਮਦਰ ਵਿਲ ਨਾਟ ਕੁੱਕ ਫੂਡ। ਠੀਕ ਹੈ ਜੀ, ਇੱਕ ਇਹਦੀ ਹੋਰ ਉਦਾਹਰਨ ਦੇਖਦੇ ਹਾਂ ਜੀ। ਹਰਮਨ ਅਤੇ ਗੁਰਮਨ ਚਾਹ ਨਹੀਂ ਪੀਣਗੇ। ਹੁਣ ਇੱਥੇ ਜਿਹੜੇ ਸਬਜੈਕਟ ਹੋ ਗਏ ਜੀ, ਉਹ ਪਲੂਰਲ ਦੇ ਵਿੱਚ ਚਲੇ ਗਏ, ਬਟ ਫਿਰ ਵੀ ਜਿਹੜਾ ਹੈਲਪਿੰਗ ਵਰਬ ਹੈਗਾ, ਉਹ ਸੇਮ ਵਿਲ ਹੀ ਵਰਤਿਆ ਜਾਊਗਾ ਜੀ। ਹਰਮਨ ਐਂਡ ਗੁਰਮਨ ਵਿਲ ਨਾਟ ਟੇਕ ਟੀ। ਇਹਦੇ ਨਾਲ ਜਿਹੜਾ ਆਪਣਾ ਫਿਊਚਰ ਟੈਂਸ ਹੈ ਜੀ, ਉਹਦਾ ਪਹਿਲਾ ਰੂਪ ਨੈਗੇਟਿਵ ਦੇ ਵਿੱਚ ਆਪਾਂ ਇੱਥੇ ਡਿਸਕਸ ਕਰ ਲਿਆ। ਹੁਣ ਲਾਸਟ ਦੇ ਵਿੱਚ ਜਿਹੜੀ ਚੀਜ਼ ਅਸੀਂ ਦੇਖਾਂਗੇ ਜੀ, ਉਹ ਹੈਗਾ ਇਹਦਾ ਇੰਟਰੋਗੇਟਿਵ ਰੂਪ, ਜਿੱਥੇ ਅਸੀਂ ਇਸ ਚੀਜ਼ ਦੀ ਡਿਸਕਸ਼ਨ ਕਰਾਂਗੇ ਕਿ ਕੋਈ ਕੀ ਕਰੇਗਾ। ਇੰਟਰੋਗੇਟਿਵ ਦੇ ਵਿੱਚ ਬਣਾਉਣ ਲਈ, ਜਿਵੇਂ ਕਿ ਆਪਾਂ ਪ੍ਰੈਜ਼ੈਂਟ ਦੇ ਵਿੱਚ ਤੇ ਪਾਸਟ ਦੇ ਵਿੱਚ ਦੋਵਾਂ ਦੇ ਵਿੱਚ ਹੀ ਦੇਖਿਆ, ਜਿਹੜਾ ਹੈਲਪਿੰਗ ਵਰਬ ਹੁੰਦਾ ਜੀ,
ਉਹਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਬੇਸਿਕਲੀ ਇੰਟਰਚੇਂਜ ਹੋ ਜਾਂਦੇ ਨੇ ਜੀ ਸਬਜੈਕਟ ਤੇ ਹੈਲਪਿੰਗ ਵਰਬਸ ਬਾਕੀ ਸਾਰਾ ਜਿਹੜਾ ਸੈਂਟੈਂਸ ਹੈਗਾ ਜੀ ਐਜ਼ ਇਟ ਇਜ਼ ਰਹਿੰਦਾ ਹੁਣ ਇੱਥੇ ਹੈਗਾ ਜੀ ਵਿਲ ਪਲੱਸ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਯਾਨੀ ਕਿ ਇੱਥੇ ਸਵਾਲ ਕੀਤਾ ਜਾ ਰਿਹਾ ਹੈ ਜੀ ਕਿ ਕੋਈ ਕੀ ਕਰੇਗਾ ਕੀ ਰਮਨ ਖਾਣਾ ਬਣਾਏਗੀ ਦੈਟ ਮੀਨਸ ਵਿਲ ਰਮਨ ਕੁੱਕ ਫੂਡ ਵਿਲ ਰਮਨ ਕੁੱਕ ਫੂਡ ਤੋਂ ਭਾਵ ਹੈਗਾ ਜੀ ਕੀ ਰਮਨ ਖਾਣਾ ਬਣਾਏਗੀ ਇਸ ਤੋਂ ਬਾਅਦ ਇੱਕ ਹੋਰ ਉਦਾਹਰਣ ਦੇਖਦੇ ਹਾਂ ਜੀ ਕੀ ਆਪਾਂ ਚਾਹ ਪੀਵਾਂਗੇ ਦੈਟ ਮੀਨਸ ਵਿਲ ਆਪਾਂ ਹੋ ਗਿਆ ਜੀ ਵੀ ਚਾਹ ਪੀਣ ਲਈ ਵਰਤਿਆ ਜਾ ਰਿਹਾ ਜੀ ਟੇਕ ਤੇ ਪੀ ਠੀਕ ਹੈ ਜੀ ਇੱਥੇ ਆਪਾਂ ਡਿਸਕਸ਼ਨ ਕੀਤੀ ਹੈ ਜੀ ਕੋਈ ਕੀ ਕਰੇਗਾ ਬੇਸਿਕਲੀ ਸਵਾਲ ਕੀਤਾ ਜੀ ਕਿ ਕੋਈ ਵਿਅਕਤੀ ਕੀ ਕਰੇਗਾ ਕੀ ਰਮਨ ਖਾਣਾ ਬਣਾਏਗੀ ਤੋਂ ਭਾਵ ਹੈਗਾ ਜੀ ਵਿਲ ਰਮਨ ਕੁੱਕ ਫੂਡ ਜਾਂ ਫਿਰ ਵਿਲ ਰਮਨ ਮੇਕ ਫੂਡ ਏਦਾਂ ਹੀ ਕੀ ਆਪਾਂ ਚਾਹ ਪੀਵਾਂਗੇ ਤੋਂ ਭਾਵ ਹੈਗਾ ਜੀ ਵਿਲ ਵੀ ਟੇਕ ਟੀ ਠੀਕ ਹੈ ਜੀ ਇਹਦੇ ਨਾਲ ਜਿਹੜਾ ਆਪਣਾ ਫਿਊਚਰ ਟੈਂਸ ਹੈ ਉਹਦਾ ਜਿਹੜਾ ਪਹਿਲਾ ਰੂਲ ਹੈ ਜੀ ਉਹ ਇੱਥੇ ਆਪਾਂ ਸਾਰਾ ਹੀ ਡਿਸਕਸ ਕਰ ਲਿਆ ਹੁਣ ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਇਹਦਾ ਸੈਕਿੰਡ ਰੂਲ ਸੋ ਜਿਹੜਾ ਆਪਣਾ ਸੈਕਿੰਡ ਰੂਲ ਹੈ ਜੀ ਉਹ ਹੋਊਗਾ ਕੰਟੀਨਿਊਸ਼ਨ ਵਾਲਾ ਯਾਨੀ ਕਿ ਇੱਥੇ ਸਬਜੈਕਟ ਲੱਗੂਗਾ ਉਹਦੇ ਤੋਂ ਬਾਅਦ ਵਿਲ ਜਿਹੜਾ ਹੈਗਾ ਜੀ ਇਹਦਾ ਹੈਲਪਿੰਗ ਵਰਬ ਹੋਊਗਾ ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਬਟ ਇੱਥੇ ਵਿਲ ਦੇ ਨਾਲ ਬੀ ਜਿਹੜਾ ਹੈਗਾ ਜੀ ਉਹ ਐਡ ਆਨ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਵਰਬ ਹੈਗੀ ਹੈ ਯਾਨੀ ਕਿ ਕਿਰਿਆ ਹੈਗੀ ਹੈ ਉਹ ਆਪਣੇ ਕੰਟੀਨਿਊਸ਼ਨ ਵਾਲੇ ਰੂਪ ਦੇ ਵਿੱਚ ਜਾਊਗੀ ਜੀ ਫਿਰ ਉਸ ਤੋਂ ਬਾਅਦ ਆਬਜੈਕਟ ਲੱਗੂਗਾ ਸਬਜੈਕਟ ਵਿਲ ਬੀ ਵਰਬ ਪਲੱਸ ਆਈ ਐਨ ਜੀ ਤੇ ਉਸ ਤੋਂ ਬਾਅਦ ਆਬਜੈਕਟ ਇਹਦਾ ਪੰਜਾਬੀ ਅਨੁਵਾਦ ਹੋ ਜਾਊਗਾ ਜੀ ਕੋਈ ਕੀ ਕਰ ਰਿਹਾ ਹੋਵੇਗਾ ਹੁਣ ਇਹ ਵਾਲਾ ਜਿਹੜਾ ਵਾਕ ਹੈਗਾ ਜੀ ਕੋਈ ਕੀ ਕਰ ਰਿਹਾ ਹੋਵੇਗਾ ਇਹਦੇ ਬੇਸਿਕਲੀ ਦੋ ਮਤਲਬ ਨਿਕਲਦੇ ਨੇ ਇੱਕ ਹੈਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਕੀ ਕਰ ਰਿਹਾ ਹੋਵੇਗਾ ਦੂਜਾ ਇਹਦਾ ਮਤਲਬ ਹੈਗਾ ਜੀ ਤੁਹਾਡੀਆਂ ਅੱਖਾਂ ਦੇ ਓਲੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਜੀ ਉਹ ਕੀ ਕਰ ਰਿਹਾ ਹੋਵੇਗਾ ਫੋਰ ਐਗਜ਼ਾਮਪਲ ਇਹਦੇ ਵਿੱਚ ਇੱਕ ਵਾਕ ਮੈਂ ਤੁਹਾਨੂੰ ਬੋਲ ਕੇ ਦੱਸਦਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਕਿ ਰਮਨ ਖਾਣਾ ਬਣਾ ਰਹੀ ਹੋਵੇਗੀ ਇਹਦੇ ਦੋ ਮਤਲਬ ਨੇ ਜੀ ਇੱਕ ਹੈਗਾ ਜੀ ਰਮਨ ਘਰੇ ਬੈਠੀ ਖਾਣਾ ਬਣਾ ਰਹੀ ਹੋਵੇਗੀ ਜਾਂ ਫਿਰ ਰਮਨ ਕਿਸੇ ਜਗ੍ਹਾ ਤੇ ਗਈ ਹੋਈ ਹੈ ਉਹ ਉੱਥੇ ਖਾਣਾ ਬਣਾ ਰਹੀ ਹੋਵੇਗੀ ਤੇ ਇਹਦੇ ਨਾਲ ਹੀ ਜਿਹੜੀ ਦੂਜੀ ਚੀਜ਼ ਹੈ ਜੀ ਉਹਦਾ ਕੀ ਮਤਲਬ ਹੈ ਕਿ ਰਮਨ ਸਵੇਰੇ ਖਾਣਾ ਬਣਾ ਰਹੀ ਹੋਵੇਗੀ ਰਮਨ ਕੱਲ ਨੂੰ ਸ਼ਾਮ ਨੂੰ ਖਾਣਾ ਬਣਾ ਰਹੀ ਹੋਵੇਗੀ ਏਦਾਂ ਇਹਨਾਂ ਦੇ ਦੋਵੇਂ ਜਿਹੜੇ ਮਤਲਬ ਹੈਗੇ ਨੇ ਉਹ ਸਹੀ ਹੁੰਦੇ ਨੇ ਜੀ ਹੁਣ ਇੱਥੇ ਆਪਾਂ ਡਿਸਕਸ ਕਰਦੇ ਹਾਂ ਜੀ ਅਮਨ ਬੱਚੇ ਪੜ੍ਹਾ ਰਹੀ ਹੋਵੇਗੀ ਦੈਟ ਮੀਨਸ ਅਮਨ ਸਬਜੈਕਟ ਹੋ ਗਿਆ ਜੀ ਉਸ ਤੋਂ ਬਾਅਦ ਵਿਲ ਫਿਰ ਉਸ ਤੋਂ ਬਾਅਦ ਬੀ ਫਿਰ ਉਸ ਤੋਂ ਬਾਅਦ ਪੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਹੈ ਯਾਨੀ ਕਿ ਵਰਬ ਦੀ ਗੱਲ ਕੀਤੀ ਜਾ ਰਹੀ ਹੈ ਪੜ੍ਹਾਉਣਾ ਹੁੰਦਾ ਜੀ ਟੀਚ ਪਲੱਸ ਆਈ ਐਨ ਜੀ ਕਿਉਂਕਿ ਇਹਦੇ ਵਿੱਚ ਰਹੀ ਦੀ ਵਰਤੋਂ ਕੀਤੀ ਗਈ ਹੈ ਉਸ ਤੋਂ ਬਾਅਦ ਹੈਗਾ ਜੀ ਬੱਚੇ ਦੈਟ ਮੀਨਸ ਚਿਲਡਰਨ ਅਮਨ ਬੱਚੇ ਪੜ੍ਹਾ ਰਹੀ ਹੋਵੇਗੀ ਤੋਂ ਭਾਵ ਹੈਗਾ ਜੀ ਅਮਨ ਵਿਲ ਬੀ ਟੀਚਿੰਗ ਚਿਲਡਰਨ ਗੁਰਮਨ ਅਤੇ ਪ੍ਰੀਤ ਚਾਹ ਪੀ ਰਹੇ ਹੋਣਗੇ ਦੈਟ ਮੀਨਸ ਗੁਰਮਨ ਐਂਡ ਪ੍ਰੀਤ ਵਿਲ ਬੀ ਟੇਕਿੰਗ ਟੀ ਗੁਰਮਨ ਅਤੇ ਪ੍ਰੀਤ ਚਾਹ ਪੀ ਰਹੇ ਹੋਣਗੇ ਤੋਂ ਭਾਵ ਹੈਗਾ ਜੀ ਗੁਰਮਨ ਐਂਡ ਪ੍ਰੀਤ ਵਿਲ ਬੀ ਟੇਕਿੰਗ ਟੀ ਓਕੇ ਜੀ ਇਹਦੇ ਨਾਲ ਆਪਣਾ ਜਿਹੜਾ ਸੈਕਿੰਡ ਰੂਲ ਹੈ ਫਿਊਚਰ ਟੈਂਸ ਦਾ ਉਹ ਆਪਾਂ ਪੋਜ਼ਿਟਿਵ ਹਿੱਸੇ ਦੇ ਵਿੱਚ ਡਿਸਕਸ ਕਰ ਲਿਆ ਜੀ ਹੁਣ ਇਹਨੂੰ ਆਪਾਂ ਦੇਖਾਂਗੇ ਜੀ ਇਹਦੇ ਨੈਗੇਟਿਵ ਰੂਪ ਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ ਵੀ ਇਹ ਚੀਜ਼ ਡਿਸਕਸ ਕੀਤੀ ਹੈ ਜੀ ਜਦੋਂ ਗੱਲ ਕਿਸੇ ਵੀ ਸੈਂਟੈਂਸ ਨੂੰ ਕਿਸੇ ਵੀ ਰੂਲ ਨੂੰ ਨੈਗੇਟਿਵ ਦੇ ਵਿੱਚ ਲੈ ਕੇ ਜਾਣ ਦੀ ਹੁੰਦੀ ਹੈ ਉਦੋਂ ਹਮੇਸ਼ਾ ਜਿਹੜਾ ਹੈਲਪਿੰਗ ਵਰਬ ਹੈ ਜੀ ਉਹਦੇ ਤੋਂ ਬਾਅਦ ਚ ਨੋਟ ਜਿਹੜਾ ਹੈਗਾ ਜੀ ਉਹ ਐਡ ਹੋ ਜਾਂਦਾ ਹੈ ਹੁਣ ਇੱਥੇ ਅਸੀਂ ਨੋਟ ਜਿਹੜਾ ਐਡ ਕਰਨਾ ਜੀ ਉਹ ਵਿਲ ਤੋਂ ਬਾਅਦ ਹੋਊਗਾ ਬੀ ਤੋਂ ਪਹਿਲਾਂ ਹੋਊਗਾ ਵਿਲ ਪਲੱਸ ਨੋਟ ਪਲੱਸ ਬੀ ਪਲੱਸ ਵਰਬ ਪਲੱਸ ਆਈ ਐਨ ਜੀ ਜਿਹੜੀ ਚੀਜ਼ ਇੱਥੇ ਅਸੀਂ ਦੱਸ ਰਹੇ ਸੀਗੇ ਜੀ ਕੋਈ ਕੀ ਕਰ ਰਿਹਾ ਹੋਵੇਗਾ ਉਹੀ ਇੱਥੇ ਆਜੂਗਾ ਜੀ ਕੋਈ ਕੀ ਨਹੀਂ ਕਰ ਰਿਹਾ ਹੋਵੇਗਾ ਕੋਈ ਕੀ ਨਹੀਂ ਕਰ ਰਿਹਾ ਹੋਵੇਗਾ ਹੁਣ ਇੱਥੇ ਅਸੀਂ ਉਹ ਚੀਜ਼ਾਂ ਦੱਸਾਂਗੇ ਜੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਕੀਤੀਆਂ ਜਾ ਰਹੀਆਂ ਹੋਣਗੀਆਂ ਜਿਵੇਂ ਕਿ ਗੁਰਪ੍ਰੀਤ ਖਾਣਾ ਨਹੀਂ ਬਣਾ ਰਹੀ ਹੋਵੇਗੀ ਦੈਟ ਮੀਨਸ ਗੁਰਪ੍ਰੀਤ ਇੱਥੇ ਸਬਜੈਕਟ ਹੈ ਜੀ
उस तो बाद विल लगना जी, फिर उस तो बाद नॉट लगना है क्योंकि रूल दे विच इत्थे विल तो बाद नॉट लग्या होया जी, उस तो बाद बी हैगा जी, फिर हैगा वर्ब प्लस आई एन जी यानी कि कुक, आई एन जी यानी कि कुकिंग। खाना बनाने की गल की जा रही है जी, दैट मीन्स इत्थे आ गया फूड। गुरप्रीत विल नॉट बी कुकिंग फूड तो भाव हैगा जी गुरप्रीत खाना नहीं बना रही होगी। ऐदा दा एक होर आपां सेंटेंस देखदे आं। बच्चे फुटबॉल नहीं खेड रहे होंगे। चिल्ड्रन विल नॉट बी प्लेइंग फुटबॉल। बच्चे हो गया जी चिल्ड्रन, फुटबॉल एज इट इज असी लिखती, विल नॉट बी तो भाव हैगा जी नहीं रहे होंगे। फिर उस तो बाद असी इत्थे लिखे जी विल नॉट बी तो बाद प्लेइंग, ते लास्ट दे विच असी जिहड़ा अपना ऑब्जेक्ट हैगा ਉਹਨੂੰ ਮੈਂਸ਼ਨ ਕੀਤਾ ਹੈ। ਹੁਣ ਇਹਦਾ ਪੰਜਾਬੀ ਅਨੁਵਾਦ ਹੈਗਾ ਸੀ ਜੀ ਬੱਚੇ ਫੁੱਟਬਾਲ ਨਹੀਂ ਖੇਡ ਰਹੇ ਹੋਣਗੇ, ਤੇ ਇੰਗਲਿਸ਼ ਦੇ ਵਿੱਚ ਅਸੀਂ ਰੂਲ ਦੇ ਅਕੋਰਡਿੰਗ ਜਿਹੜੀ ਉਹਦੀ ਟਰਾਂਸਲੇਸ਼ਨ ਕੀਤੀ ਹੈ, ਦੈਟ ਇਜ਼ ਚਿਲਡਰਨ ਵਿਲ ਨਾਟ ਬੀ ਪਲੇਇੰਗ ਫੁੱਟਬਾਲ। ਸੈਕਿੰਡ ਜਿਹੜਾ ਆਪਣਾ ਰੂਲ ਹੈਗਾ ਜੀ ਉਹਦਾ ਜਿਹੜਾ ਆਪਣਾ ਨੈਗੇਟਿਵ ਰੂਪ ਹੈ ਉਹ ਆਪਾਂ ਇਹਦੇ ਨਾਲ ਸਾਰਾ ਡਿਸਕਸ ਕਰ ਲਿਆ ਜੀ। ਹੁਣ ਇੱਥੇ ਆਪਾਂ ਇਹਦਾ ਇੰਟੈਰੋਗੇਟਿਵ ਰੂਪ ਦੇਖਾਂਗੇ ਜੀ। इंटरोगेटिव की होगा जी विल तो स्टार्ट होगा, फिर उस तो बाद सब्जेक्ट होगा जी, फिर उस तो बाद होगा जी बी, उस तो बाद होगा जी वर्ब अपने कॉन्टीन्यूशन वाले रूप दे विच, उस तो बाद ऑब्जेक्ट होगा, ते लास्ट दे विच हो जूगा जी क्वेश्चन मार्क। हुण इत्थे सवाल किया जा रहा है जी कि कोई की कर रहा होवेगा। हुण इत्थे पुछा जा रहा है जी ओह वालियां सारियां चीजां नूं ਜਿਹੜੀਆਂ ਆਪਾਂ ਪਹਿਲਾਂ ਦੱਸੀਆਂ ਸੀ। ਮਾਤਾ ਜੀ ਖਾਣਾ ਬਣਾ ਰਹੇ ਹੋਣਗੇ, ਇੱਥੇ ਪੁੱਛਿਆ ਜਾ ਰਿਹਾ ਜੀ ਕਿ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ, ਉਹ ਚੀਜ਼ ਹੁਣ ਇੱਥੇ ਆਪਾਂ ਡਿਸਕਸ ਕਰਾਂਗੇ। ਕੀ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ ਤੋਂ ਭਾਵ ਹੈਗਾ ਜੀ ਵਿਲ ਮਦਰ ਬੀ ਕੁਕਿੰਗ ਫੂਡ। ਠੀਕ ਹੈ ਜੀ, ਇੱਥੇ ਜੇ ਅਸੀਂ ਪੁੱਛਦੇ ਕੀ ਮੇਰੇ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ ਜਾਂ ਕੀ ਤੁਹਾਡੇ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ, ਤਾਂ ਇੱਥੇ ਮਦਰ ਦੇ ਨਾਲ ਮਾਈ ਜਾਂ ਫਿਰ ਯੂਅਰ ਲੱਗ ਜਾਣਾ ਸੀ ਕਿਉਂਕਿ ਉੱਥੇ ਅਸੀਂ ਫਿਰ ਦੂਜੇ ਸਬਜੈਕਟ ਦੇ ਨਾਲ ਇੱਕ ਪਰਸਨ ਦਾ ਰਿਲੇਸ਼ਨ ਦੱਸ ਰਹੇ ਹਾਂ। ਉਹ ਬਣ ਜਾਣਾ ਸੀ ਇੱਥੇ ਵਿਲ ਮਾਈ ਮਦਰ ਬੀ ਕੁਕਿੰਗ ਫੂਡ ਜਾਂ ਫਿਰ ਵਿਲ ਯੂਅਰ ਮਦਰ ਬੀ ਕੁਕਿੰਗ ਫੂਡ। ਠੀਕ ਹੈ ਜੀ, ਇੱਦਾਂ ਦੇ ਹੀ ਇੱਕ ਹੋਰ ਉਦਾਹਰਨ ਦੇਖਦੇ ਹਾਂ ਜੀ ਆਪਾਂ। ਕੀ ਬੱਚੇ ਪੜ੍ਹ ਰਹੇ ਹੋਣਗੇ ਤੋਂ ਭਾਵ ਹੈਗਾ ਜੀ ਵਿਲ ਚਿਲਡਰਨ ਬੀ ਸਟੱਡਿੰਗ, ਦੂਜਾ ਹੋ ਸਕਦਾ ਜੀ ਡੂਇੰਗ ਸਟੱਡੀ। ਬਟ ਜੇ ਇੱਥੇ ਪੜ੍ਹਾਈ ਕਰ ਰਹੇ ਹੋਣਗੇ ਲਿਖਿਆ ਹੁੰਦਾ ਤਾਂ ਜਿਹੜਾ ਇੱਥੇ ਆਪਾਂ ਸੈਕਿੰਡ ਨੰਬਰ ਤੇ ਲਿਖਿਆ ਜੀ ਇਹ ਜ਼ਿਆਦਾ ਸੂਟੇਬਲ ਹੋਣਾ ਸੀ। ਬਟ ਜਿਸ ਅਕੋਰਡਿੰਗ ਅਸੀਂ ਇੱਥੇ ਵਾਕ ਲਿਖਿਆ ਪੰਜਾਬੀ ਦੇ ਵਿੱਚ ਉਹਦੇ ਅਕੋਰਡਿੰਗ ਵਿਲ ਚਿਲਡਰਨ ਬੀ ਸਟੱਡਿੰਗ ਜਿਹੜਾ ਹੈਗਾ ਉਹ ਐਗਜੈਕਟਲੀ ਕਰੈਕਟ ਸੈਂਟੈਂਸ ਹੈ ਜੀ, ਐਗਜੈਕਟਲੀ ਕਰੈਕਟ ਕੁਐਸਚਨ ਹੈ। ਠੀਕ ਹੈ ਜੀ, ਇਹ ਉਹਦਾ ਐਗਜੈਕਟ ਜਿਹੜਾ ਹੈਗਾ ਅਨੁਵਾਦ ਹੈ। ਇਹਦੇ ਨਾਲ ਆਪਣੇ ਫਿਊਚਰ ਟੈਂਸ ਦੇ ਦੋ ਰੂਲਸ ਕੰਪਲੀਟ ਹੋ ਜਾਂਦੇ ਨੇ ਜੀ। ਇਸ ਤੋਂ ਬਾਅਦ ਆਪਾਂ ਨੈਕਸਟ ਰੂਲ ਦੇਖਾਂਗੇ ਜਿਹੜਾ ਕਿ ਇਹਦਾ ਤੀਜਾ ਰੂਲ ਹੈ ਜੀ। ਫਿਊਚਰ ਟੈਂਸ ਦੇ ਤੀਜੇ ਰੂਲ ਦੀ ਜਿਹੜੀ ਗੱਲਬਾਤ ਹੈ ਜੀ ਉਹਦੇ ਵਿੱਚ ਹੈਗਾ ਸਬਜੈਕਟ ਪਲੱਸ ਵਿਲ ਪਲੱਸ ਬੀ ਜਾਂ ਫਿਰ ਬਿਕਮ ਪਲੱਸ ਨਾਮ। ਹੁਣ ਬੀ ਤੇ ਬਿਕਮ ਤੋਂ ਕੀ ਭਾਵ ਹੈ ਜੀ? ਬੀ ਤੇ ਬਿਕਮ ਜਿਹੜੇ ਹੈਗੇ ਨੇ ਜੀ ਇੱਕ ਦੂਜੇ ਦੇ ਨਾਲ ਹੀ ਰਿਲੇਟਡ ਨੇ। ਇੱਕ ਦਾ ਮਤਲਬ ਹੈਗਾ ਜੀ ਹੋਵੇ, ਇੱਕ ਦਾ ਮਤਲਬ ਹੈਗਾ ਜੀ ਬਣੇ। ਵਿਲ ਤੋਂ ਭਾਵ ਹੈਗਾ ਜੀ ਗਾ, ਗੀ ਤੇ ਗੇ। ਸਾਰੀਆਂ ਚੀਜ਼ਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਾਂਗੇ ਜਦੋਂ ਉਹਦਾ ਮਤਲਬ ਹੋਊਗਾ ਜੀ ਕੋਈ ਕੀ ਬਣੇਗਾ ਜਾਂ ਫਿਰ ਹੋਵੇਗਾ। ਇੱਥੇ ਅਸੀਂ ਇਹ ਚੀਜ਼ਾਂ ਦੱਸਾਂਗੇ ਜੀ ਜੋ ਵੀ ਕੋਈ ਵਿਅਕਤੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਬਣੇਗਾ ਜਾਂ ਫਿਰ ਕੁਛ ਹੋਵੇਗਾ, ਉਹ ਵਾਲੀਆਂ ਸਾਰੀਆਂ ਚੀਜ਼ਾਂ ਆਪਾਂ ਇਸ ਰੂਲ ਦੇ ਅਕੋਰਡਿੰਗ ਡਿਸਕਸ ਕਰਾਂਗੇ। ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅਧਿਆਪਕ ਬਣਾਂਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਡਾਕਟਰ ਬਣਾਂਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਡਾਕਟਰ ਹੋਵਾਂਗਾ, ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਇਸ ਰੂਲ ਦੇ ਅਕੋਰਡਿੰਗ ਬਣਾਵਾਂਗੇ। ਮੈਂ ਅਧਿਆਪਕ ਬਣਾਂਗਾ ਤੋਂ ਭਾਵ ਹੈਗਾ ਜੀ ਆਏ ਵਿਲ ਬਿਕਮ ਅ ਟੀਚਰ। ਆਈ ਵਿਲ ਬਿਕਮ ਅ ਟੀਚਰ ਹੋ ਗਿਆ ਜੀ ਮੈਂ ਅਧਿਆਪਕ ਬਣਾਂਗਾ।
ਇੱਥੇ ਮੈਂ ਅਧਿਆਪਕ ਹੋਵਾਂਗਾ ਵੀ ਲਿਖ ਸਕਦਾ ਸੀ ਆਈ ਵਿਲ ਬੀ ਅ ਟੀਚਰ ਬੇਸਿਕਲੀ ਜੇ ਦੋਵੇਂ ਚੀਜ਼ਾਂ ਨੂੰ ਆਪਾਂ ਇੰਟਰਰਿਲੇਟ ਕਰੀਏ ਆਪਸ ਦੇ ਵਿੱਚ ਇਹਨਾਂ ਦਾ ਸੰਬੰਧ ਦੇਖੀਏ ਤਾਂ ਆਲਮੋਸਟ ਇਹ ਚੀਜ਼ਾਂ ਸੇਮ ਨੇ ਜੀ ਕਿਉਂਕਿ ਜੇ ਮੈਂ ਅਧਿਆਪਕ ਹੋਵਾਂਗਾ ਤਾਂ ਮੈਂ ਅਧਿਆਪਕ ਬਣਾਂਗਾ ਜੇ ਬਣਾਂਗਾ ਤਾਂ ਹੀ ਹੋਵਾਂਗਾ ਇਸ ਕਰਕੇ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਜੀ ਬੀ ਤੇ ਬਿਕਮ ਇੱਕ ਦੂਜੇ ਦੇ ਨਾਲ ਰਿਲੇਟ ਕਰਦੀਆਂ ਨੇ ਬਲਕਿ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਜਿਹੜਾ ਬਿਕਮ ਹੈਗਾ ਉਹ ਬੀ ਦਾ ਵੱਡਾ ਰੂਪ ਹੈ ਜਾਂ ਫਿਰ ਜਿਹੜਾ ਬੀ ਹੈਗਾ ਜੀ ਉਹ ਬਿਕਮ ਦੀ ਸ਼ਾਰਟ ਫਾਰਮ ਹੈ ਜੀ ਇਹਦੇ ਨਾਲ ਦਾ ਹੀ ਇੱਕ ਹੋਰ ਸੈਂਟੈਂਸ ਆਪਾਂ ਦੇਖਦੇ ਹਾਂ ਰਮਨ ਮੇਰਾ ਦੋਸਤ ਹੋਵੇਗਾ ਤੋਂ ਭਾਵ ਹੈਗਾ ਜੀ ਰਮਨ ਵਿਲ ਬੀ ਮਾਈ ਫਰੈਂਡ ਰਮਨ ਵਿਲ ਬੀ ਮਾਈ ਫਰੈਂਡ ਤੋਂ ਭਾਵ ਹੋ ਗਿਆ ਜੀ ਰਮਨ ਮੇਰਾ ਦੋਸਤ ਬਣੇਗਾ ਰਮਨ ਮੇਰਾ ਦੋਸਤ ਹੋਵੇਗਾ ਇੱਥੇ ਮੈਂ ਬੀ ਦੀ ਜਗ੍ਹਾ ਤੇ ਬਿਕਮ ਵੀ ਲਿਖ ਸਕਦਾ ਸੀ ਇਹ ਦੋਵੇਂ ਚੀਜ਼ਾਂ ਆਪਾਂ ਹੁਣੀ ਡਿਸਕਸ ਕੀਤੀਆਂ ਨੇ ਜੀ ਦੋਵਾਂ ਦਾ ਜਿਹੜਾ ਮਤਲਬ ਹੈਗਾ ਆਲਮੋਸਟ ਸੇਮ ਰਹੂਗਾ ਜੀ ਇੱਕ ਦੂਜੇ ਦੇ ਨਾਲ ਹੀ ਰਿਲੇਟ ਕਰੂਗਾ ਜੇ ਰਮਨ ਮੇਰਾ ਦੋਸਤ ਬਣੂਗਾ ਤਾਂ ਰਮਨ ਮੇਰਾ ਦੋਸਤ ਹੋਊਗਾ ਵੀ ਠੀਕ ਹੈ ਜੀ ਇਹਦੇ ਨਾਲ ਜਿਹੜਾ ਆਪਣਾ ਤੀਜਾ ਰੂਲ ਹੈ ਫਿਊਚਰ ਟੈਂਸ ਦਾ ਉਹਦਾ ਪੋਜ਼ਿਟਿਵ ਰੂਪ ਆਪਾਂ ਡਿਸਕਸ ਕਰ ਲਿਆ ਜੀ ਹੁਣ ਆਪਾਂ ਇਹਦਾ ਨੈਗੇਟਿਵ ਹਿੱਸਾ ਚੈੱਕ ਕਰਾਂਗੇ ਜੀ ਨੈਗੇਟਿਵ ਦੇ ਵਿੱਚ ਕੀ ਹੋਊਗਾ ਜੀ ਸਬਜੈਕਟ ਪਲੱਸ ਵਿਲ ਪਲੱਸ ਨਾਟ ਪਲੱਸ ਬੀ ਪਲੱਸ ਨਾਊਨ ਹੁਣ ਇੱਥੇ ਬੀ ਦੇ ਨਾਲ ਹੀ ਸੇਮ ਜਿਹੜਾ ਹੈਗਾ ਬਿਕਮ ਤੁਸੀਂ ਯੂਜ਼ ਕਰ ਸਕਦੇ ਹੋ ਇੱਥੇ ਅਸੀਂ ਦੱਸਾਂਗੇ ਜੀ ਕੋਈ ਕੀ ਨਹੀਂ ਬਣੇਗਾ ਜਾਂ ਫਿਰ ਹੋਵੇਗਾ ਠੀਕ ਹੈ ਜੀ ਇੱਥੇ ਅਸੀਂ ਉਹ ਚੀਜ਼ਾਂ ਡਿਸਕਸ ਕਰਾਂਗੇ ਜਿੱਥੇ ਫਿਊਚਰ ਦੇ ਵਿੱਚ ਕੋਈ ਵੀ ਵਿਅਕਤੀ ਕੀ ਨਹੀਂ ਹੋਵੇਗਾ ਜਾਂ ਫਿਰ ਕੀ ਨਹੀਂ ਬਣੇਗਾ ਰਮਨ ਮੇਰਾ ਦੋਸਤ ਨਹੀਂ ਬਣੇਗਾ ਤੋਂ ਭਾਵ ਹੈਗਾ ਜੀ ਰਮਨ ਯਾਨੀ ਕਿ ਸਬਜੈਕਟ ਵਿਲ ਯਾਨੀ ਕਿ ਹੈਲਪਿੰਗ ਵਰਬ ਨਾਟ ਯਾਨੀ ਕਿ ਉਹਦਾ ਨੈਗੇਟਿਵ ਰੂਪ ਬੀ ਮਤਲਬ ਬਣੇ ਉਸ ਤੋਂ ਬਾਅਦ ਹੈਗਾ ਜੀ ਮਾਈ ਕਿਉਂਕਿ ਮੇਰਾ ਗੱਲ ਕੀਤੀ ਗਈ ਇੱਥੇ ਉਸ ਤੋਂ ਬਾਅਦ ਹੈਗਾ ਜੀ ਦੋਸਤ ਯਾਨੀ ਕਿ ਫਰੈਂਡ ਰਮਨ ਵਿਲ ਨਾਟ ਬੀ ਮਾਈ ਫਰੈਂਡ ਤੋਂ ਭਾਵ ਹੈਗਾ ਜੀ ਰਮਨ ਮੇਰਾ ਦੋਸਤ ਨਹੀਂ ਬਣੇਗਾ ਇੱਥੇ ਅਸੀਂ ਬੀ ਦੀ ਜਗ੍ਹਾ ਤੇ ਬਿਕਮ ਦੀ ਵਰਤੋਂ ਵੀ ਕਰ ਸਕਦੇ ਜੀ ਦੋਵਾਂ ਦਾ ਜਿਹੜਾ ਪੰਜਾਬੀ ਅਨੁਵਾਦ ਹੈ ਦੋਵਾਂ ਦੀ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਹੈ ਉਹ ਆਲਮੋਸਟ ਸੇਮ ਹੈ ਜੀ ਮਤਲਬ ਉਹਦਾ ਸੇਮ ਹੀ ਰਹੂਗਾ ਹਰਮਨ ਇੱਕ ਚੰਗਾ ਇਨਸਾਨ ਨਹੀਂ ਬਣੇਗਾ ਤੋਂ ਭਾਵ ਹੋ ਜਾਊਗਾ ਜੀ ਹਰਮਨ ਵਿਲ ਨਾਟ ਬੀ ਅ ਗੁੱਡ ਹਿਊਮਨ ਇੱਥੇ ਇਹਦਾ ਮਤਲਬ ਹੋ ਗਿਆ ਜੀ ਹਰਮਨ ਇੱਕ ਚੰਗਾ ਇਨਸਾਨ ਨਹੀਂ ਬਣੇਗਾ ਹਰਮਨ ਵਿਲ ਨਾਟ ਬੀ ਅ ਗੁੱਡ ਹਿਊਮਨ ਇਹਦੇ ਨਾਲ ਜਿਹੜਾ ਆਪਣਾ ਫਿਊਚਰ ਟੈਂਸ ਦਾ ਤੀਜਾ ਰੂਲ ਹੈ ਜੀ ਉਹਦਾ ਨੈਗੇਟਿਵ ਹਿੱਸਾ ਆਪਾਂ ਕੰਪਲੀਟ ਕਰ ਲਿਆ ਜੀ ਹੁਣ ਆਪਾਂ ਲਾਸਟ ਦੇ ਵਿੱਚ ਜਿਹੜੀ ਚੀਜ਼ ਹੈ ਜੀ ਉਹ ਡਿਸਕਸ ਕਰਨੀ ਹੈ ਤੇ ਉੱਥੇ ਅਸੀਂ ਪੁੱਛਾਂਗੇ ਕਿ ਕੋਈ ਕੀ ਬਣੇਗਾ ਜਾਂ ਫਿਰ ਕੋਈ ਕੀ ਹੋਵੇਗਾ ਬਾਕੀ ਸਾਰਾ ਰੂਲ ਜਿਹੜਾ ਹੈਗਾ ਜੀ ਉਹ ਆਲਮੋਸਟ ਸੇਮ ਰਹੂਗਾ ਸਿਰਫ ਤੇ ਸਿਰਫ ਸਬਜੈਕਟ ਤੇ ਵਿਲ ਦੀ ਜਿਹੜੀ ਜਗ੍ਹਾ ਉਹ ਇੰਟਰਚੇਂਜ ਹੋ ਜਾਣੀ ਹੈ ਵਿਲ ਤੋਂ ਸਟਾਰਟ ਹੋ ਜਾਊਗਾ ਜੀ ਫਿਰ ਉਸ ਤੋਂ ਬਾਅਦ ਸਬਜੈਕਟ ਫਿਰ ਉਸ ਤੋਂ ਬਾਅਦ ਬੀ ਜਾਂ ਫਿਰ ਬਿਕਮ ਫਿਰ ਉਸ ਤੋਂ ਬਾਅਦ ਨਾਊਨ ਤੇ ਉਹਦੇ ਤੋਂ ਬਾਅਦ ਕੁਐਸਚਨ ਮਾਰਕ ਇੱਥੇ ਅਸੀਂ ਸਵਾਲ ਕਰ ਰਹੇ ਹਾਂ ਜੀ ਕੋਈ ਕੀ ਬਣੇਗਾ ਜਾਂ ਫਿਰ ਹੋਵੇਗਾ ਕੋਈ ਕੀ ਬਣੇਗਾ ਜਾਂ ਫਿਰ ਹੋਵੇਗਾ ਤੋਂ ਭਾਵ ਇੱਥੇ ਹੈਗਾ ਜੀ ਇੱਥੇ ਹੁਣ ਅਸੀਂ ਪੁੱਛਣਾ ਹੈ ਕਿ ਕੋਈ ਵਿਅਕਤੀ ਕੀ ਬਣੇਗਾ ਜਾਂ ਫਿਰ ਕੋਈ ਵਿਅਕਤੀ ਕੀ ਹੋਵੇਗਾ ਕੀ ਤੁਸੀਂ ਡਾਕਟਰ ਬਣੋਗੇ ਦੈਟ ਮੀਨਸ ਵੈਲ ਉਸ ਤੋਂ ਬਾਅਦ ਸਬਜੈਕਟ ਯੂ ਉਸ ਤੋਂ ਬਾਅਦ ਬੀ ਜਾਂ ਫਿਰ ਬਿਕਮ ਉਸ ਤੋਂ ਬਾਅਦ ਅ ਡਾਕਟਰ ਇੱਥੇ ਅ ਡਾਕਟਰ ਤਾਂ ਵਰਤਿਆ ਜੀ ਕਿਉਂਕਿ ਇੱਥੇ ਅਸੀਂ ਤੁਸੀਂ ਨੂੰ ਇੱਕ ਦੇ ਵਿੱਚ ਕੰਸਿਡਰ ਕੀਤਾ ਹੈ ਜੇ ਅਸੀਂ ਇੱਕ ਤੋਂ ਵੱਧ ਲੋਕਾਂ ਨੂੰ ਪੁੱਛ ਰਹੇ ਹੁੰਦੇ ਇੱਕ ਤੋਂ ਵੱਧ ਜਾਣਿਆਂ ਨੂੰ ਪੁੱਛ ਰਹੇ ਹੁੰਦੇ ਤਾਂ ਇਹ ਕੱਟ ਦੇਣਾ ਸੀ ਪਿੱਛੇ ਡਾਕਟਰ ਚਲਾ ਦੇਣਾ ਸੀ ਏਦਾਂ ਦਾ ਇੱਕ ਹੋਰ ਉਦਾਹਰਨ ਦੇਖਦੇ ਹਾਂ ਜੀ ਕੀ ਹਰਮਨ ਮੇਰਾ ਦੋਸਤ ਬਣੇਗਾ ਦੈਟ ਮੀਨਸ ਵਿਲ ਹੈਲਪਿੰਗ ਵਰਬ ਤੋਂ ਸਟਾਰਟ ਕਰਕੇ ਜੀ ਉਸ ਤੋਂ ਬਾਅਦ ਸਬਜੈਕਟ ਹੈਗਾ ਜੀ ਹਰਮਨ ਬੀ ਮਾਈ ਫਰੈਂਡ ਵਿਲ ਹਰਮਨ ਬਿਕਮ ਮਾਈ ਫਰੈਂਡ ਦੋਵਾਂ ਦਾ ਹੀ ਜਿਹੜਾ ਮਤਲਬ ਹੈਗਾ ਉਹ ਆਲਮੋਸਟ ਸੇਮ ਹੈ ਜੀ ਜਿਹੜਾ ਤੀਜਾ ਰੂਲ ਹੈ ਜੀ ਇਹਦੇ ਵਿੱਚ ਬੀ ਤੇ ਬਿਕਮ ਮੈਂ ਇੱਕ ਵਾਰੀ ਦੁਬਾਰਾ ਦੱਸ ਦੇਣਾ ਉਹਨਾਂ ਦੋਵਾਂ ਦਾ ਜਿਹੜਾ ਅਰਥ ਹੈ ਜੀ ਉਹ ਆਲਮੋਸਟ ਸੇਮ ਰਹਿੰਦਾ ਹੈ ਕਿਉਂਕਿ ਜੇ ਕੋਈ ਵਿਅਕਤੀ ਕੁਛ ਬਣੂਗਾ ਤਾਂ ਹੀ ਉਹ ਵਿਅਕਤੀ ਉਹ ਚੀਜ਼ ਹੋਊਗਾ ਤਾਂ ਹੀ ਉਸ ਵਿਅਕਤੀ ਦਾ ਉਹ ਵਾਲਾ ਅਹੁਦਾ ਹੋਊਗਾ ਜੇ ਕਿਸੇ ਵਿਅਕਤੀ ਦਾ ਉਹ ਵਾਲਾ ਅਹੁਦਾ ਹੋਊਗਾ
दैट मीनस वह व्यक्ति वह वाली चीज या फिर वह वाले अहदे ते बनया है या फिर होया है। ठीक है जी, ये अपने फ्यूचर टेंस के तीन जिहड़े रूल्स है जी, स्टार्टिंग वाले रूल नंबर वन, रूल नंबर टू, रूल नंबर थ्री, वह आप कंप्लीट कर ले जी। इस तो जी नैक्सट वीडियो होगी जी, वो आप फ्यूचर टेंस जो है जी वो सारा कंप्लीट कर लेना है। तो उस तो बाद आप जी भी चीज़ तुम कमेंट बॉक्स के मैनशन करके दसोंगे वो तो नैक्सट जी चीज़ हैगी आप स्टार्टिंग वो कर लवेंगे जी। ठीक है जी, होपफुली ये सारी चीज़ जी है थोड़ा सारी समझ आ गई होगी। जो फिर भी किसी को यह डाउट हैगा तो तुम कमेंट बॉक्स के नीचे मैनशन कर सकते हो। ठीक है जी, नैक्सट वीडियो के आप मिलेंगे जल्दी ही जिदा फ्यूचर टेंस में कंप्लीट कर लेंगे। थैंक यू सो मच।